ਦਾ ਫੈਕਟ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਵੀਡੀਓ ਬੋਰਾ ਕੇਂਦਰ ਦੇ ਖਿਲਾਫ ਇੱਕ ਵਾਰੀ ਫੇਰ ਜਿਹੜਾ ਹੈ ਕਿਸਾਨਾਂ ਆਗੂਆਂ ਦਾ ਗੁੱਸਾ ਜਿਹੜਾ ਹੈ ਸਾਹਮਣੇ ਆ ਰਿਹਾ ਨਜ਼ਰ ਤਾਂ ਪਹਿਲਾਂ ਕੇਂਦਰ ਸਰਕਾਰ ਦੇ ਖਿਲਾਫ ਦਿੱਲੀ ਦੀ ਬਰੂਹਾਂ ਤੇ ਜਿੱਤ ਪ੍ਰਾਪਤ ਕਰ ਕੀਤੀ ਸੀਗੀ ਤੇ ਹੁਣ ਚੰਡੀਗੜ੍ਹ ਦੇ ਵਿੱਚ ਇੱਕ ਫੇਰ ਜਿਹੜਾ ਹੈ ਧਰਨਾ ਲੱਗਣ ਦੀ ਸਖਤ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਕੇਂਦਰ ਦੇ ਖਿਲਾਫ ਤਾਂ ਐਸਓਐਲ ਦੇ ਮੁੱਦੇ ਤੇ ਕਿਸਾਨ ਸੰਗਠਨਾਂ ਦੀ ਅੱਜ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਕੀ ਕੁਝ ਸਾਹਮਣੇ ਆਇਆ ਸਭ ਕੀ ਕੋਈ ਮੀਟਿੰਗ ਦੇ ਵਿੱਚ ਐਮ ਫੈਸਲੇ ਲਏ ਗਏ ਨੇ। ਦੁਖੀ ਧਰਾਂ ਜਨਮ ਜੀ ਨੂੰ ਚੰਡੀਗੜ੍ਹ ਦੀ ਧਰਤੀ 'ਤੇ ਮੋਰਚਾ ਲਗਣਾ ਹੈ। ਪਾਣੀ ਦੇ ਸਵਾਲ ਤੇ ਵਾਤਾਵਰਣ ਦੀ ਰਾਖੀ ਲਈ ਫੈਡਰਲ ਟੰਚ ਨੂੰ ਬਚਾਉਣ ਲਈ ਕਿਸਾਨਾਂ ਮਜ਼ਦੂਰਾਂ ਦੇ ਕਰਜ਼ਾ ਮਾਫੀ ਲਈ ਉਹਦੇ ਲਈ ਉਹਦੀਆਂ ਰਿਪੋਰਟਸ ਲੈਣ ਲਈ ਮੋਰਚੇ ਦੀ ਤਿਆਰੀ ਲਈ ਹੋਰ ਉਹਦੇ ਲਈ ਸਾਰਾ ਅੱਜ ਮੀਟਿੰਗ ਬੁਲਾਈ ਸੀ। ਔਰ ਕਿਸਾਨਾਂ 'ਚ ਬੜਾ ਭਾਰੀ ਉਤਸ਼ਾਹ ਹੈ। ਜਿੰਨੀ ਵੱਡੀ ਮੀਟਿੰਗ ਤੁਸੀਂ ਦੇਖੀ ਵੀ ਸਾਰੇ ਪੰਜਾਬ ਤੋਂ 1.5-200 ਵਰਕਰ ਆਪ ਚਲ ਕੇ ਆਇਆ ਹੈ। ਔਰ 21 ਜਗ੍ਹਾ ਤੋਂ ਰਿਪੋਰਟ ਆ ਵੀ ਘਰ ਘਰ ਜਾ ਕੇ ਪਰਚੇ ਵੰਡੇ ਜਾ ਰਹੇ ਆ। ਟਰਾਲੀਆਂ ਦੀ ਤਿਆਰੀ ਹੋ ਰਹੀ ਆ, ਰਸਣ ਇਕੱਠਾ ਹੋ ਰਿਹਾ। ਗੱਦੇ ਤਰੇ ਹੋਏ ਨੇ ਬਹੁਤ ਵੱਡੀ ਪੱਧਰ ਤੇ। ਕਿਉਂਕਿ ਗੁੱਸਾ ਬਹੁਤ ਆ ਕਿਸਾਨਾਂ ਦੇ ਵਿੱਚ ਜਿੰਨੀ ਦੇਰ ਤੋਂ ਮਸਲੇ ਨੂੰ ਪਾਣੀਆਂ ਦੇ ਨੂੰ ਇਹਨਾਂ ਨੂੰ ਰਾਜਨੀਤਿਕ ਪਾਰਟੀਆਂ ਨੇ ਕੰਪਲੀਕੇਟ ਕੀਤਾ ਹੈ। ਜਦ ਕਿ ਇਹਦਾ ਕੰਪਲੀਕੇਟ ਨਹੀਂ। ਕੁਝ ਔਸੂਲ ਬਣੇ ਹੋਏ ਨੇ, ਇੰਟਰਨੈਸ਼ਨਲ ਔਸੂਲ ਨੇ। ਉਹਨਾਂ ਔਸੂਲਾਂ ਦੇ ਤੁਸੀਂ ਤੈਅ ਕਰਦੇ ਹੋ। ਸੰਦੋਗੁਤ ਰਾਜ ਨਹੀਂ ਸਾਨੂੰ ਕੁਤਰਾ ਥੋੜਾ ਹਰਿਆਣੇ ਨੂੰ ਪਾਣੀ ਦੋ ਜਿਆਦਾ ਨਾ ਦੋ ਪਰ ਸਾਰੀ ਪੰਜਾਬ ਦੀ ਧਰਤੀ ਨੂੰ ਸਾਰੀ ਨੂੰ ਪਾਣੀ ਦੇ ਦਿਓ ਪਹਿਲਾਂ ਔਰ ਇਹ ਤੈਅ ਕਰਦੇ ਹੋ ਵੀ ਪਾਣੀ ਦਾ ਮਾਲਕ ਕੌਣ ਹੈ ਐਸਵਾਰ ਪ੍ਰਿੰਸੀਪਲ ਫਿਰ ਫਿਰ ਦੇਦੇ ਹੋ ਤੁਸੀਂ ਪਾਣੀ ਸਾਡਾ ਫालतੂ ਹੈ ਪੰਜਾਬ ਦੀ ਕੇਵਲ 27% ਧਰਤੀ ਨੂੰ ਪਾਣੀ ਲੱਗਦਾ ਸਾਰੀ ਪਾਣੀ ਬਾਕੀ ਜਿਹੜਾ ਗਰਾਉਂਡ ਅੰਡਰਗਰਾਉਂਡ ਵਾਟਰ ਹੈ ਟਿਊਬਵਲੋਂ ਦਾ ਉਹਦੇ ਉੱਪਰ ਨਿਰਭਰ ਹੈ ਜਿਹੜਾ ਪਾਣੀ ਹਰ ਸਾਲ ਥੱਲੇ ਜਾਂਦਾ ਆ ਹੁਣ ਕੱਲ ਬਰਸੋਂ ਉਹਦੇ ਵਿੱਚ ਰਿਪੋਰਟ ਆ ਗਈ ਪਾਰਲੀਮੈਂਟ ਚ ਵੀ 100 ਮੀਟਰ ਵਾਲਾ ਪਾਣੀ ਸਿਰਫ 2029 ਤੱਕ ਦਾ ਰਹਿ ਗਿਆ ਜਿਹੜਾ ਉਸ ਤੋਂ ਥੱਲੇ ਪਾਣੀ ਹੈ 900 ਫੁੱਟ ਤੱਕ 300 ਮੀਟਰ ਤੱਕ ਉਹ ਅਗਲੇ 10 ਸਾਲਾਂ ਵਿੱਚ ਖਤਮ ਹੋ ਜਾਣਾ ਹੈ ਤਾਂ ਫਿਰ ਹੁਣਾ ਫਿਰ ਪੰਜਾਬ ਕਿੱਥੇ ਜਾਏਗਾ ਨਾ ਪੰਜਾਬ ਦੀ ਖੇਤੀ ਬੜੀ ਬਚਣੀ ਹੈ ਨਾ ਪੰਜਾਬ ਦੀ ਮਨੁੱਖਤਾ ਰਹਿਣੀ ਹੈ ਨਾ ਲਾਈਫ ਲੈਣੀ ਹੈ ਇਸ ਲਈ ਲੜਾਈ ਇੱਕ ਜੀਵਨ ਦੀ ਲੜਾਈ ਹੈ ਮਨੁੱਖਤਾ ਨੂੰ ਬਚਾਉਣ ਦੀ ਲੜਾਈ ਹੈ ਉਹ ਲੜਾਈ ਲੜ ਰਹੇ ਹਾਂ ਅਸੀਂ ਔਰ ਇਹਨਾਂ 16 ਦੇ ਉੱਪਰ 18 ਜਨਵਰੀ ਨੂੰ ਅਜਾਜਾ ਲੈ ਰਹੇ ਐਡਮਿਨਿਸਟ੍ਰੇਸ਼ਨ ਤੋਂ ਵੀ ਸਾਨੂੰ ਚੰਡੀਗੜ੍ਹ ਦੇ ਅੰਦਰ ਕਿਉਂਕਿ ਸਾਡੀ ਰਾਜਧਾਨੀ ਹੈ ਕੋਈ ਐਸਾ ਬੈਨ ਨਹੀਂ ਬਲੈਂਕਟ ਬੈਨ ਨਹੀਂ ਵੀ ਚੰਡੀਗੜ੍ਹ ਜਾ ਨਹੀਂ ਸਕਦੇ ਕਿਸੇ ਨੇ ਲਾਇਆ ਅਜੇ ਤੱਕ ਇਹ ਉਹਨਾਂ ਨੇ ਆਪਣੇ ਆਪ ਹੀ ਕੀਤਾ ਹੋਇਆ ਆਉਂਦੇ ਅੰਬਸਾਫ ਇਕੱਠੇ ਹੋ ਮੁਰਝੋ ਅਸੀਂ ਨਹੀਂ ਕਰਨਾ ਅਸੀਂ ਕਿਹਾ ਵੀ ਚੰਡੀਗੜ੍ਹ ਦੀ ਧਰਤੀ ਆਵਾਂਗੇ ਪੀਸਫੁਲ ਬੈਠਾਂਗੇ ਸਾਨੂੰ ਜਗ੍ਹਾ ਦੇ ਦਿਓ ਜੇ ਨਹੀਂ ਦੇਣਗੇ ਤਾਂ 6 ਜਨਵਰੀ ਨੂੰ ਸਾਡੀ ਮੀਟਿੰਗ ਹੈ ਜਿੱਥੇ ਡਿਸਾਈਡ ਕਰਾਂਗੇ ਕੀ ਕਰਨਾ ਇਹ ਸਾਡਾ ਅਜੇ ਤੱਕ ਹੋਇਆ ਤੇ ਕੇਂਦਰੀ ਜਲ ਮੰਤਰੀ ਸ਼ਿਖਾਵਤ ਜੀ ਇੱਥੇ ਆ ਰਹੇ ਆਂ ਤੁਬਿਆਂ ਦੇ ਮੁੱਖ ਮੰਤਰੀ ਵੀ ਹੋਣਗੇ ਲੱਗਦਾ ਜੀ ਕੋਈ ਹੱਲ ਨਿਕਲੇਗਾ ਦੇਖੋ ਹੱਲ ਜੇ ਚਾਹੇ ਕੇਂਦਰ ਦੀ ਨੀਅਤ ਹੋਵੇ ਤਾਂ ਨਿਕਲ ਸਕਦਾ ਹੈ ਕਨਸਟੀਟਿਊਸ਼ਨ ਉਹਨਾਂ ਦੇ ਸਾਹਮਣੇ ਪਿਆ ਉਹ ਕਨਸਟੀਟਿਊਸ਼ਨ ਸਾਹਮਣੇ ਰੱਖ ਲੈਣ ਉਹਨੂੰ ਕਰਕੇ ਹੱਲ ਕੱਢ ਦੇਣ ਕਨਸਟੀਟਿਊਸ਼ਨ ਕਹਿੰਦਾ ਵੀ ਸਟੇਟ ਸਬਜੈਕਟ ਹੈ ਪਾਣੀ ਤਾਂ ਉਹ ਦਖਲ ਨਾ ਦੇਣ ਜਿੰਨੇ ਕਾਨੂੰਨ ਸੈਂਟਰ ਨੇ ਪਾਸ ਕੀਤੇ ਨੇ ਉਨਿਓ 55 ਚ ਕੀਤਾ 976 ਚ ਕੀਤਾ 981 ਆ ਫੈਸਲਾ ਕੀਤਾ ਸਾਰੇ ਨਾਲ ਪੰਜਾਬ ਨਾਲ ਤੱਕਾ ਕੀਤਾ ਉਹਨੂੰ ਸਾਰ ਨੂੰ ਰੱਦ ਕਰ ਦੇਣ ਪੰਜਾਬ ਨੂੰ ਕਹਿਣ ਵੀ ਸਟੇਟ ਸਬਜੈਕਟ ਹੈ ਤੁਸੀਂ ਬੈਠ ਕੇ ਫੈਸਲਾ ਕਰੋ ਤੁਸੀਂ ਪਾਣੀ ਆਪਣੀ ਸਾਰੀ ਧਰਤੀ ਨੂੰ ਦੇਣ ਤੋਂ ਬਾਅਦ ਕਿੰਨਾ ਪਾਣੀ ਹੈ ਕਿਹਨੂੰ ਦੇਣਾ ਨਹੀਂ ਦੇਣਾ ਉਹ ਵੀ ਤੁਸੀਂ ਦੇਣਾ ਵੀ ਕਿਸ ਭਾ ਦੇਣਾ ਠੀਕ ਹੈ ਨਾ ਜੇ ਅਸੀਂ ਰਾਜਸਥਾਨ ਤੋਂ ਮਾਰਬਲ ਮੁੱਲ ਖਰੀਦਦੇ ਹਾਂ ਛੱਤੀਸਗੜ ਉੜੀਸਾ ਤੋਂ ਕੋਲਾ ਮੁੱਲ ਆਉਂਦਾ ਤਾਂ ਪੰਜਾਬ ਦਾ ਪਾਣੀ ਫ੍ਰੀ ਕਿਉਂ ਜਾਂਦਾ ਬਾਹਰ ਇਹ ਤਾਂ ਸੈਂਟਰ ਹੈ ਨਾ ਸੈਂਟਰ ਨਹੀਂ ਕਰਨਾ ਚਾਹੁੰਦਾ ਇਸ ਮੈਂ ਸੈਂਟਰ ਸਰਵਧਾਨ ਅਨੁਸਾਰ ਕਰੇ ਤਾਂ ਇਹ ਮਸਲਾ ਹੱਲ ਹੋ ਸਕਦਾ ਘਟਾਇ ਨੂੰ ਨਹੀਂ ਲੱਗਦਾ ਇਸ ਨੂੰ 28 ਤਰੀਕ ਨੂੰ ਜਿਹੜੇ ਮੁੱਖ ਮੰਤਰੀਆਂ ਦੀ ਤੇ ਕੇਂਦਰੀ ਮੰਤਰੀ ਦੀ ਮੀਟਿੰਗ ਹੈ ਇਸ ਮੀਟਿੰਗ ਦਾ ਤੁਸੀਂ ਵਿਰੋਧ ਕਰੋਗੇ ਜਾਂ ਕਿਦਾਂ ਪੱਕਾ ਵਿਰੋਧ ਕਰਾਂਗੇ ਕਿਉਂਕਿ ਕੇਂਦਰੀ ਮੰਤਰੀ ਜਿਹੜਾ ਪਾਣੀ ਲੁੱਟਣ ਲਈ ਆ ਰਿਹਾ ਪਾਣੀ ਤੇ ਢੱਡਾਕਾ ਮਾਰਨ ਲਈ ਆ ਰਿਹਾ ਉਹਨਾਂ ਕਿਉਂਕਿ ਇਹ ਗੱਲ ਕਹਿਤੀ ਵੀ ਜੇ ਤੁਸੀਂ ਸੋਲੂਸ਼ਨ ਨਹੀਂ ਕੱਢਦੇ ਹੁਣ ਤਾਂ ਤਾਂ ਫਿਰ ਅਸੀਂ ਧੱਕੇ ਨਾਲ ਜਿਹੜਾ ਇਸ ਦਾ ਫੈਸਲਾ ਕਰਵਾ ਵੀ ਸਕਦੇ ਹਾਂ ਕਿਉਂਕਿ ਸੁਪਰੀਮ ਕੋਰਟ ਦੀ ਡਾਇਰੈਕਟਿਵ ਹੈ ਤਾਂ ਪੰਜਾਬ ਦੀਆਂ ਵੱਖ-ਵੱਖ ਤੇ ਪੰਜਾਬ ਦੀਆਂ ਵੱਖ-ਵੱਖ ਪਾਰਟੀਆਂ ਚਾਹੇ ਕਾਹਲ ਕਾਹਨ ਕਹਿੰਦੀਆਂ ਨੇ ਪੰਜਾਬ ਤੋਂ ਪਾਣੀ ਕਿਸੇ ਵੀ ਕੀਮਤ ਤੇ ਪੰਜਾਬ ਤੋਂ ਬਾਹਰ ਨਹੀਂ ਜਾਣ ਦੇਵਾਂਗੇ ਪਰ ਸੰਜੀਦਾ ਕੋਈ ਨਹੀਂ ਦਿਖਦਾ ਇਹੀ ਤਾਂ ਕਾਰਨ ਹੈ ਤਾਂ ਇਹਦਾ ਲੜਨ ਦੀ ਲੋੜ ਪੈ ਰਹੀ ਹੈ ਜੇ ਸੰਜੀਦਾ ਹੁੰਦੇ ਤਾਂ ਐਡਾ ਜਿਹੜਾ ਕੰਪਲੀਕੇਟ ਮਸਲਾ ਹੋਣਾ ਨਹੀਂ ਸੀ ਸਰਕਾਰਾਂ ਨੇ ਤਾਂ ਪਹਿਲਾਂ ਵੀ ਕਈਆਂ ਨਾ ਉਹ ਵੀ ਸੰਜੀਦਾ ਨਹੀਂ ਉਹ ਪੰਜਾਬ ਜੀ ਪੰਜਾਬ ਦੀ ਬੋਲੀ ਰਾਜਸਥਾਨ ਰਾਜਸਥਾਨੀ ਬੋਲੀ ਹਰਿਆਣਾ ਜੀ ਹਰਿਆਣੇ ਦੀ ਬੋਲੀ ਡਿਫਰੈਂਟ ਬੋਲੀ ਬੋਲਦੇ ਨੇ ਕੰਸਿਸਟੈਂਟ ਸਟੈਂਡ ਕੋਈ ਨਹੀਂ ਹੈ ਜਦ ਤੱਕ ਸੰਜੀਦਗੀ ਨਹੀਂ ਹੁੰਦੀ ਸਵਿਧਾਨ ਅਨੁਸਾਰ ਤੁਸੀਂ ਲੜਦੇ ਨਹੀਂ ਉਹ ਤੱਕ ਮਸਲਾ ਹੱਲ ਨਹੀਂ ਹੋਣਾ ਪਰ ਸੂਨਰ ਔਰ ਲੇਟਰ ਇਹ ਪੰਜਾਬ ਦੇ ਲੋਕਾਂ ਨੂੰ ਮਨੁੱਖਤਾ ਨੂੰ ਲੜਾਈ ਲੜਨੀ ਪੈਣੀ ਹੈ ਕਿਉਂਕਿ ਲਾਈਫ ਲਾਈਨ ਹੈ ਜ਼ਿੰਦਗੀ ਔਰ ਮੌਤ ਦੀ ਲੜਾਈ ਹੈ ਪਰ ਸੀਐਮ ਲੜਾਂਗੇ ਇਸ ਨੂੰ ਪਰ ਸੀਐਮ ਸਾਹਿਬ ਕਹਿੰਦੇ ਆ ਵੀ ਵੀ ਪੰਜਾਬ ਦਾ ਪਾਣੀ ਪੰਜਾਬ ਦੇ ਹੀ ਕੋਲੇ ਰਹਿਣਾ ਹੈ ਕਿਉਂਕਿ ਪੰਜਾਬ ਕੋਲ ਪਹਿਲੇ ਹੀ ਪਾਣੀ ਦੀ ਜਿਹੜੀ ਘਾਟ ਹੈ ਸਚਾਈ ਵਾਸਤੇ ਵੀ ਘਾਟ ਹੈ ਸੁਪਰੀਮ ਕੋਰਟ ਕਹਿਣ ਦੀ ਜਗ੍ਹਾ ਹੈ ਸੁਪਰੀਮ ਕੋਰਟ ਲੜਾਈ ਲੜਨ ਕਾਨੂੰਨ ਨਹੀਂ ਸੁਪਰੀਮ ਕੋਰਟ ਕੇਸ ਨੂੰ ਦਾ ਬਹੁਤ ਵੀਕ ਹੈ ਉਹ ਤਾਂ ਕਾਨੂੰਨੀ ਲੜਾਈ ਤਗੜੇ ਹੋ ਕੇ ਲੜਦੇ ਨਹੀਂ ਸਾਡਾ ਕਹਿਣਾ ਇਹ ਹੈ ਤਾਂ ਮਤਲਬ ਜੇ ਪ੍ਰਸ਼ਾਸਨ ਕੋਲ ਤੁਸੀਂ ਮੰਗ ਕਰ ਰਹੇ ਹੋ ਜਿਵੇਂ ਕਿ ਜਿਹੜਾ 18 ਤਰੀਕ ਨੂੰ ਤੁਸੀਂ ਮੋਰਚਾ ਲਾਣ ਜਾ ਰਹੇ ਹੋ ਪੱਕਾ ਇਹ ਕਿਸ ਤਰੀਕੇ ਦਾ ਮੋਰਚਾ ਹੋਏਗਾ ਇਹ ਮੋਰਚਾ ਪੱਕਾ ਹੋਏ ਜਦ ਤੱਕ ਮੰਗ ਨਹੀਂ ਮੰਨੀ ਜਾਂਦੀ ਅਸੀਂ ਸਿੰਘੂ ਬਟਰ ਜਿਸ ਤਰ੍ਹਾਂ ਗਏ ਸੀ ਰਸਣ ਪਾਣੀ ਟਰਾਲੀਆਂ ਲਾਏਗਾ ਤਕੜੇ ਹੋ ਕੇ ਆਵਾਂਗੇ ਤਾਂ ਪੰਜਾਬ ਨੂੰ ਇਨਸਾਫ ਦਿਓ ਪੰਜਾਬ ਨਾਲ ਵਿਤਕਰਾ ਬੰਦ ਕਰੋ ਫੈਡਰਲ ਟੰਚੇ ਨੂੰ ਬਚਾਓ ਵਾਤਾਵਰਣ ਦੀ ਰਾਖੀ ਕਰੋ ਪੰਜਾਬ ਦੀ ਸਾਰੀ ਧਰਤੀ ਨੂੰ ਪਾਣੀ ਦਿਓ ਤੇ ਲਾਵਾਂਗੇ ਕਿਸਾਨਾਂ ਦੇ ਕਰਜ਼ੇ ਮਾਫ ਕਰੋ ਜਦ ਤੱਕ ਮੰਗਾ ਨਹੀਂ ਮੰਨਿਆ ਜਾਂਦੀਆਂ ਮੋਰਚਾ ਜਾਰੀ ਰਹੇਗਾ ਚੰਡੀਗੜ੍ਹ ਪ੍ਰਸ਼ਾਸਨ ਥਾਂ ਨਹੀਂ ਦਿੰਦਾ ਕੋਈ ਅਲਾਟ ਨਹੀਂ ਕਰਦਾ ਮੁੱਖਾਂਗੇ ਜੀ ਉਸ ਟਾਈਮ ਦੇਖਾਂਗੇ ਫਿਰ ਹਾਂ 6 ਜਨਵਰੀ ਦੀ ਮੀਟਿੰਗ ਦੇਖੋ ਫਿਰ ਅਸਲ ਇਸੇ ਨਾਲ ਕੋ ਪ੍ਰੇਮ ਸਿੰਘ ਭੰਗੂ ਜੀ 6 ਜਨਵਰੀ ਨੂੰ ਇੱਕ ਵਾਰੀ ਫੇਰ ਤੋਂ ਮੀਟਿੰਗ ਰੱਖੀ ਗਈ ਹੈ ਤਾਂ 18 ਜਨਵਰੀ ਨੂੰ ਚੰਡੀਗੜ੍ਹ ਦੇ ਵਿੱਚ ਇੱਕ ਵਾਰੀ ਫੇਰ ਜਿਹੜਾ ਹੈ ਪੱਕਾ ਮੋਰਚਾ ਕਿਸਾਨਾਂ ਆਗੂ ਲਾਣ ਜਾ ਰਹੇ ਨੇ ਤਾਂ ਐਸਵਾਈਐਲ ਦੇ ਮੁੱਦੇ ਤੇ ਕਰਜ਼ਾ ਮਾਫੀ ਦੇ ਮੁੱਦੇ ਤੇ ਕਿਸਾਨ ਆਗੂਆਂ ਦੀ ਅੱਜ ਕਿਸਾਨ ਪਵਨ ਦੇ ਵਿੱਚ ਮੀਟਿੰਗ ਸੀਗੀ ਮੀਟਿੰਗ ਦੇ ਵਿੱਚ ਕਈ اہم ਫੈਸਲੇ ਲਏ ਗਏ ਤੇ ਆਉਣ ਵਾਲੀ 28 ਜਨਵਰੀ ਨੂੰ ਕੇਂਦਰੀ ਮੰਤਰੀ ਤੇ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਇੱਕ ਬੈਠਕ ਹੈ ਐਸਵਾਈਐਲ ਨੂੰ ਲੈ ਕੇ ਤਾਂ ਉਸ ਬੈਠਕ ਦਾ ਵਿਰੋਧ ਵੀ ਕਿਤੇ ਨ ਕਿਤੇ ਕਿਸਾਨ ਆਗੂਆਂ ਨੇ ਕਰਨ ਦਾ ਮਨ ਬਣਾ ਲਿਆ ਹੁਣ ਦੇਖਣਾ ਹੋਵੇਗਾ ਚੰਡੀਗੜ੍ਹ ਦੇ ਵਿੱਚ ਇੱਕ ਵਾਰੀ ਫੇਰ ਤੋਂ ਕਿਸਾਨ ਆਗੂ ਧਰਨਾ ਲਗਾਉਂਦੇ ਨੇ ਜਾਂ ਨਹੀਂ ਵੀਰੋ ਜਾਨ ਹਰਵਿੰਦਰ ਦੇ ਨਾਲ ਵਿਜੇਵੋਰਾ ਦਾ ਫੈਕਟ ਨਿਊਜ਼ ਚੰਡੀਗੜ੍ਹ